25 ਸਾਲਾਂ ਨੌਜਵਾਨ ਕਮਾਊ ਪੁੱਤ ਬਿਮਾਰੀ ਨੇ ਪਾਇਆ ਮੰਜੇ ਤੇ, ਪੈਸੇ ਨਾ ਹੋਣ ਕਾਰਨ ਇਲਾਜ ਕਰਵਾਉਣ ਤੋਂ ਅਸਮਰਥ। ਸਿਆਣੇ ਕਹਿੰਦੇ ਹਨ ਕਿ ਬਿਮਾਰੀ ਜਿੱਥੇ ਆਪਣੇ ਪੈਰ ਪਸਾਰ ਲਵੇ ਉੱਥੇ ਫਿਰ ਸੁੱਖ ਸ਼ਾਂਤੀ ਆਉਣੀ ਬੜੀ ਮੁਸ਼ਕਲ ਹੋ ਜਾਂਦੀ ਹੈ। ਇਹੋ ਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਡੱਲ ਤੋਂ, ਜਿੱਥੇ ਇੱਕ ਘਰ ਵਿੱਚ ਨੌਜਵਾਨ ਕਮਾਊ ਪੁੱਤ ਕਿਸੇ ਗੰਭੀਰ ਬਿਮਾਰੀ ਨਾਲ ਲੜ ਰਿਹਾ ਹੈ ਅਤੇ ਵੱਖ ਵੱਖ ਹਸਪਤਾਲਾਂ ਵਿੱਚ ਕਰਜ਼ਾ ਚੁੱਕ ਕੇ ਆਪਣੇ ਘਰ ਨੂੰ ਗਹਿਣੇ ਪਾ ਕੇ ਇਲਾਜ ਕਰਵਾਉਂਦਾ ਆ ਰਿਹਾ ਹੈ, ਪਰੰਤੂ ਹੁਣ ਪੈਸੇ ਨਾ ਹੋਣ ਕਾਰਨ ਡਾਕਟਰਾਂ ਵੱਲੋਂ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ ਅਤੇ ਇਹ ਕਿਹਾ ਗਿਆ ਹੈ ਕਿ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹੈ ਤਾਂ ਇਲਾਜ ਨਹੀਂ ਹੋਵੇਗਾ। ਡਾਕਟਰਾਂ ਦਾ ਕਹਿਣਾ ਹੈ ਕਿ ਘਰ ਵਿੱਚ ਹੀ ਦਵਾਈ ਬੂਟੀ ਖਾ ਕੇ ਗੁਜ਼ਾਰਾ ਕਰੋ। ਇਸ ਸੰਬੰਧੀ ਪਿੰਡ ਵਾਸੀਆਂ ਅਤੇ ਉਸਦੀ ਮਾਤਾ ਨੇ ਦਾਨੀ ਸੱਜਣਾ ਤੋਂ ਗੁਹਾਰ ਲਗਾਈ ਕਿ ਉਸਦੇ ਪੁੱਤਰ ਦਾ ਇਲਾਜ ਕਰਵਾ ਕੇ ਉਸ ਨੂੰ ਫਿਰ ਤੋਂ ਤੰਦਰੁਸਤ ਕੀਤਾ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਪਾਲਣ ਪੋਸ਼ਣ ਕਰ ਸਕੇ। ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਤੁਸੀਂ ਆਪ ਹੀ ਸੁਣੋ। ਕੀ ਨਾਂ ਜੀ? ਗੁਰਮੀਤ ਸਿੰਘ ਜੀ। ਕਿਸ ਤਰ੍ਹਾਂ ਜਾਣਦੇ ਇਸ ਪਰਿਵਾਰ ਨੂੰ? ਇਹਨਾਂ ਨਾਲ ਸਾਡਾ ਪ੍ਰੇਮ ਬਿਲਕੁਲ, ਗੁਆਂਢੀ ਸਾਡੇ ਆ, ਇਹਨਾਂ ਨਾਲ ਪ੍ਰੇਮ ਹੈ ਸਾਡਾ। ਇਹ ਕੀ ਮੁਸ਼ਕਿਲ ਪਰਿਵਾਰ ਦੀ? ਮੁਸ਼ਕਿਲ ਦਾ ਜੀ ਇਲਾਜ ਨਹੀਂ ਇਹਨਾਂ ਦਾ ਹੋ ਰਿਹਾ। ਇਹ ਇਲਾਜ ਖੁਣੋਂ ਇਹਨਾਂ ਨੂੰ ਉਹਨਾਂ ਭੇਜਤਾ ਵਾਪਸ ਅਤੇ ਇਹ ਬਿਮਾਰੀ ਦਾ ਬਿਲਕੁਲ ਬਹੁਤ ਜ਼ਿਆਦਾ ਇਲਾਜ ਤੋਂ ਰਹਿ ਗਿਆ। ਗਰੀਬ ਜ਼ਿਆਦਾ ਅਤੇ ਇਹਨਾਂ ਦਾ ਇਲਾਜ ਨਹੀਂ ਹੋ ਰਿਹਾ ਅਤੇ ਇਲਾਜ ਵਾਸਤੇ ਕੋਈ ਸੱਜਣ ਹੈਗੇ ਆ ਵੀਰ ਭਰਾ ਕੋਈ NRI, ਉਹ ਇਹਦਾ ਇਲਾਜ ਜ਼ਰੂਰ ਕਰਾਉਣਾ। ਇਹ ਬਿਲਕੁਲ ਬਹੁਤ ਬਿਮਾਰ ਰਹਿੰਦਾ ਹੈ, ਇਹਦੇ ਜਿਹੜਾ ਇਲਾਜ ਜਿਹੜਾ ਉਹ ਹੋਣਾ ਚਾਹੀਦਾ ਜੀ। ਕਿੰਨੇ ਮੈਂਬਰ ਪਰਿਵਾਰ 'ਚ? ਮੈਂਬਰ ਹੈ ਜੀ, ਅੱਗੇ 3-4 ਸੀ ਇਹ ਅਤੇ ਇਹੋ ਹੀ ਇਕੱਲਾ ਕਮਾਉਣ ਵਾਲਾ ਹੈ ਅਤੇ ਇਹੋ ਹੀ ਮੰਜੀ 'ਤੇ ਪੈ ਗਿਆ ਜੀ। ਕੀ ਨਾਂ ਭੈਣ ਜੀ? ਮਿੰਦਰ। ਕਿਹੜਾ ਪਿੰਡ ਹੈ ਜੀ? ਡੱਲ ਹੈ ਜੀ। ਜ਼ਿਲ੍ਹਾ ਕਿਹੜਾ? ਤਰਨਤਾਰਨ। ਕੀ ਮੁਸ਼ਕਿਲ ਆ ਬੇਟੇ ਨੂੰ? ਮੁਸ਼ਕਿਲ ਆ, ਘਰ ਦੇ ਪੇਸਰੇ ਠੀਕ ਨਹੀਂ ਰਿਹਾ, ਸਾਲ ਹੀ ਹੋ ਗਿਆ, ਹੁਣ ਜ਼ਿਆਦਾ ਕੰਮ ਇਹਦਾ ਵੱਧ ਗਿਆ ਸੀ ਤਾਂ ਅਸੀਂ ਤਾਂ ਘਰ ਬੂਹਾ ਵੀ ਆਪਦਾ ਵੀ ਗਹਿਣੇ ਪਾਤਾ ਅਤੇ ਹੁਣ ਸਾਡੀ ਵਾਹ ਨਹੀਂ। ਡਾਕਟਰਾਂ ਨੇ ਸਾਨੂੰ ਜਵਾਬ ਦੇ ਦਿੱਤਾ ਵੀ ਘਰ ਲੈ ਜਾਓ। ਕਿਉਂ ਜਵਾਬ ਦੇ ਦਿੱਤਾ ਉਹਨੇ? ਵੀ ਆਪਦਾ ਸਾਡੇ ਅਸੀਂ ਆ ਕੇ ਸਾਡੇ ਕੋਲ ਪੈਸਾ ਨਹੀਂ ਇੰਨਾ ਤਾਂ ਉਹਨਾਂ ਦੇ ਆਪਦਾ ਘਰ ਲੈ ਜਾਓ। ਕੀ ਮੰਗ ਕਰਦੇ ਦਾਨੀ ਸੱਜਣਾ ਤੋਂ? ਮੰਗ ਕਰਦੇ ਤਾਂ ਵੀ ਇਸ ਤਰ੍ਹਾਂ ਵੀ ਇਹਦੀ ਕੋਈ ਤੁਸੀਂ ਮਦਦ ਕਰੋ ਵੀ ਸਾਡੀ ਵੀ ਪੱਲੇ ਕੁਛ ਨਹੀਂ ਹੋਣਾ। ਸਾਡੀ ਮੰਗ ਹੈ ਵੀ ਚਲ ਅਸੀਂ ਤਾਂ ਹੁਣ ਬੇਨਤੀ ਆ ਵੀ ਚਲੋ ਆਪਦਾ ਇਹਨੂੰ ਠੀਕ ਕਰੀਏ। ਕਿੰਨਾ ਖਰਚਾ ਜਿਹੜਾ ਆ ਗਿਆ? ਖਰਚਾ ਬੜਾ ਆ ਗਿਆ, ਹੁਣ ਤਾਂ ਉਹਦੇ ਹਿਸਾਬ ਨਾਲ ਕੋਈ ਹਾਲ ਜਿਹਾ ਨਹੀਂ ਸਾਡਾ। ਭੈਣ ਭਰਾ ਵੀ ਆਪਦਾ ਵੰਗਾਰ ਕੇ ਲਾ ਲਈ ਵਾਹ ਵੀ। ਵੀਰ ਜੀ, ਕਿਹੜਾ ਪਿੰਡ ਆ? ਡਰ। ਤੇ ਕੀ ਮੁਸ਼ਕਿਲ ਆਈ ਸਰੀਰ ਨੂੰ? ਮੁਸ਼ਕਿਲ ਡਾਕਟਰ ਸਾਹਿਬ ਬੜੀ ਆਈ, ਮੇਰੇ ਦੌਰੇ ਪੈਣ ਲੱਗ ਪਏ, 1 ਸਾਲ ਹੋ ਗਿਆ, 2 ਸਾਲ ਬਿਮਾਰ ਹੋਏ ਨੇ। ਕਿਸ ਤਰ੍ਹਾਂ ਦੌਰੇ ਪੈਣ ਲੱਗ ਪਏ? ਇਸ ਤਰ੍ਹਾਂ ਅਚਾਨਕ ਹੀ। ਕੋਈ ਨਸ਼ਾ ਪਤਾ ਤਾਂ ਨਹੀਂ ਕਰਦੇ? ਬਿਲਕੁਲ ਨਹੀਂ, ਨਸ਼ਾ ਪਤਾ ਨਹੀਂ ਕਰਦੇ। ਤੇ ਹੁਣ ਕਿੱਥੋਂ ਇਲਾਜ ਕਰਵਾਇਆ? ਇਲਾਜ ਅਸੀਂ ਬੜੇ ਹਸਪਿਟਲਾਂ ਸਾਰਿਆਂ 'ਚ ਕਰਵਾ ਲਿਆ। ਤੇ ਹੁਣ ਤੁਹਾਨੂੰ ਘਰ ਕਿਉਂ ਭੇਜਤਾ? ਉਹਨਾਂ ਡਾਕਟਰ ਸਾਹਿਬ ਨੂੰ ਪੈਸਾ ਧੇਲਾ ਅਸੀਂ ਜਿਹੜਾ ਵੀ ਹੈਗਾ ਮੰਗ ਕੇ ਲਾ ਤਾ ਬਾਤ, ਜਿਸ ਤਰ੍ਹਾਂ ਵੀ ਹੁਣ ਪੈਸਾ ਧੇਲਾ ਸਾਡੇ ਤੋਂ ਖਤਮ ਹੋ ਗਿਆ ਵਾ ਅਤੇ ਲਾ ਕਾਟ ਵੀ ਜਿਹੜਾ ਉਹਨਾਂ ਹੈ ਵੀ ਤੁਹਾਡਾ ਨਹੀਂ ਗਾ ਚੱਲਣਾ, ਪੈਸੇ ਥੋੜ੍ਹੇ ਰਹਿ ਗਏ ਆ ਅਤੇ ਹੁਣ ਇਸ ਕਾਰਨ ਹੀ ਤੁਹਾਨੂੰ ਪਤਾ ਡਾਕਟਰ ਸਾਹਿਬ ਨੇ ਪੈਸੇ ਨਾਲ ਹੀ ਕਰਨਾ ਵਾ ਉਹਨਾਂ ਨੂੰ, ਪੈਸੇ ਤੋਂ ਬਿਨਾਂ ਨਹੀਂ ਗਾ ਹੁੰਦੇ ਇਲਾਜ। ਕੀ ਮੰਗ ਕਰਦੇ ਹੋ? ਅਸੀਂ ਦਾਨੀ ਸੱਜਣਾ ਤੋਂ ਇਹੀ ਮੰਗ ਕਰਦੇ ਹਾਂ ਵੀ ਜੋ ਵੀ ਮਦਦ ਕਰ ਸਕੇ ਭੈਣ ਭਰਾ, ਮੈਂ ਪੈਸੇ ਕੋਲੋਂ ਘਰ ਬੂਹਾ ਸਾਰਾ ਉਹਦਾ ਗਹਿਣੇ ਪਾਤਾ ਵਾ। ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਹੈ? ਪਰਿਵਾਰ 'ਚ ਅਸੀਂ ਮੇਰੀ ਬਿਜੀ ਆ ਬਸ, ਮੇਰਾ ਭਰਾ ਵਾ। ਅਤੇ ਕੀ ਕੰਮ ਕੀ ਕਰਦੇ ਤੁਸੀਂ? ਕੰਮ ਅਸੀਂ ਇਹੀ ਦਿਹਾੜੀ ਦਾ ਪਾਈ ਕਰਦੇ ਹਾਂ ਅਤੇ ਉਹ ਵੀ ਜੋ ਮੈਂ ਬਿਮਾਰ ਹੋਇਆ ਬੰਦਾ ਅਤੇ ਅਸੀਂ ਦਾਨੀ ਸੱਜਣਾ ਤੋਂ ਜੋ ਵੀ ਇਹੀ ਮੰਗ ਕਰਦੇ ਹਾਂ ਵੀ ਜੇ ਕਿਸੇ ਦਾਨੀ ਸੱਜਣ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ, ਕੋਈ ਮੋਬਾਈਲ ਨੰਬਰ ਚੱਲਦਾ ਤੁਹਾਡਾ? ਹਾਂਜੀ, ਮੋਬਾਈਲ ਚੱਲਦਾ ਵਾ। ਹਾਂਜੀ, ਬੋਲਿਓ। 7279-12-118। ਉਮਰ ਕਿੰਨੀ ਤੁਹਾਡੀ? ਸਾਡੀ ਉਮਰ ਵੀ 25 ਸਾਲ ਹੋਈ ਹੈ। ਵਿਆਹ ਨਹੀਂ ਹੋਇਆ? ਨਹੀਂ ਅਜੇ, ਚੱਲੀ ਨਹੀਂ। ਇੱਕ ਵਾਰ ਮੋਬਾਈਲ ਨੰਬਰ ਫਿਰ ਬੋਲ ਦਿਓ। 7279-12-118। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।